ਵਿਧਵਾ ਔਰਤ ਅਤੇ ਉਸਦੀ ਧੀ ਦੇ ਨਾਲ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਗੁਆਂਢ ਦੇ ਹੀ ਕੁਝ ਨੌਜਵਾਨਾਂ ਤੇ ਔਰਤ ਤੇ ਉਸਦੀ ਧੀ ਨੂੰ ਛੇੜਨ ਦੇ ਦੋਸ਼ ਲਗਾਏ ਨੇ। ਵਿਰੋਧ ਕਰਨ ਤੇ ਇਸ ਵਿਧਵਾ ਤੇ ਉਸਦੀ ਧੀ ਦੀ ਕੁੱਟਮਾਰ ਕੀਤੀ ਗਈ ਹੈ। ਸੋ ਗੁਆਂਢ ਦੇ ਹੀ ਕੁਝ ਨੌਜਵਾਨ ਉੱਤੇ ਔਰਤ ਨੇ ਧੀ ਨੂੰ ਛੇੜਨ ਦੇ ਇਲਜ਼ਾਮ ਲਗਾਏ ਨੇ। ਦੱਸ ਦੇ ਕਿ ਵਿਰੋਧ ਕਰਨ ਤੇ ਵਿਧਵਾ ਤੇ ਉਸਦੀ ਧੀ ਦੀ ਕੁੱਟਮਾਰ ਵੀ ਕੀਤੀ ਗਈ ਹੈ। ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਪਸਮੜੇ ਦੀ ਇਹ ਘਟਨਾ ਜਿੱਥੇ ਕਿ ਇਸ ਵਿਧਵਾ ਔਰਤ ਅਤੇ ਉਸਦੀ ਧੀ ਦੀ ਕੁੱਟਮਾਰ ਕੀਤੀ ਗਈ। ਪੀੜਤਾ ਨੇ ਆਪਣੀ ਧੀ ਦੇ ਛੋਟੇ ਪੁੱਤਰ ਦੀ ਜਾਨ ਨੂੰ ਹੁਣ ਖਤਰਾ ਦੱਸਿਆ। ਸੂਤਰਾਂ ਮੁਤਾਬਕ ਪੁਲਿਸ ਨੇ ਹੁਣ 4 ਲੋਕਾਂ ਖਿਲਾਫ ਪਰਚਾ ਦਰਜ ਕੀਤਾ। 4 ਲੋਕਾਂ ਦੇ ਖਿਲਾਫ ਹਾਲਾਂਕਿ ਪਰਚਾ ਹੁਣ ਜ਼ਰੂਰ ਦਰਜ ਕੀਤਾ ਗਿਆ, ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਲੇਕਿਨ ਇਹ ਜੋ ਹੁਣ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਨੌਜਵਾਨਾਂ ਵੱਲੋਂ ਜੋ ਗੁਆਂਢ 'ਚ ਰਹਿੰਦੇ ਨੇ ਉਹਨਾਂ ਵੱਲੋਂ ਇਸ ਵਿਧਵਾ ਔਰਤ ਅਤੇ ਉਸਦੀ ਧੀ ਦੇ ਨਾਲ ਇਹ ਕੁੱਟਮਾਰ ਕੀਤੀ ਗਈ ਹੈ। ਗੁਆਂਢ ਦੇ ਹੀ ਕੁਝ ਨੌਜਵਾਨਾਂ ਤੇ ਔਰਤ ਨੇ ਧੀ ਨੂੰ ਛੇੜਨ ਦੇ ਇਲਜ਼ਾਮ ਲਗਾਏ ਨੇ। ਵਿਰੋਧ ਕਰਨ ਤੇ ਵਿਧਵਾ ਅਤੇ ਉਸਦੀ ਧੀ ਦੀ ਕੁੱਟਮਾਰ ਵੀ ਕੀਤੀ ਗਈ ਹੈ। ਵਿਕਾਸ਼ ਮੈਨੂੰ ਆ ਕੇ ਨਾ ਘਰ ਵਿੱਚ ਨੰਬਰ 'ਤੇ ਗਲਤ ਕੰਮ ਕਰਨ ਨੂੰ ਕਹਿੰਦੇ ਨੇ ਅਤੇ ਮੈਨੂੰ ਇਹਨਾਂ ਤੋਂ ਇੱਦੀ ਵੀ ਖਤਰਾ ਕਈ ਵਾਰ ਹੋ ਜੀ ਇੱਦਾਂ। ਜਦ ਮੈਂ ਆਪਣੀ ਮੰਮੀ ਨੂੰ ਕਿਹਾ ਅਤੇ ਇਹ ਮੰਮੀ ਘਰ ਗਈ ਇਹਨਾਂ ਨੂੰ ਪੁੱਛਣ ਅਤੇ ਸਾਡੇ ਘਰ ਆ ਕੇ ਸਾਰੇ ਜਣੇ ਸਾਡੇ ਨਾਲ ਸਾਨੂੰ ਕੁੱਟਮਾਰ ਕੀਤੀ ਇਹਨਾਂ ਨੇ। ਮੈਂ ਇਹ ਚਾਹੁੰਦੀ ਹਾਂ ਕਿ ਇਹਨੂੰ ਐਸੀ ਸਜ਼ਾ ਦੇਈ ਜਾਵੇ ਕਿ ਇਹ ਕਿਸੇ ਵੀ ਲੜਕੀ ਨਾਲ ਐਸੀ ਗਲਤ ਕੰਮ ਨਾ ਕਰੇ। ਮੁੰਡੇ ਜੀ ਪਾਸ ਹੀ ਆਏ ਘਰ ਕੇ ਪਿਛਲੀ ਸਾਈਡ ਰਹਿਣ। ਹਾਂਜੀ ਕੁੜੀ ਨੂੰ ਗਲਤ ਕੰਮ ਕਰਨ ਵਾਸਤੇ ਕਹਿ ਕਦੀ ਕੁਛ ਕਹਿ ਉਹ ਕਰ ਦੇਵੇਂਗੇ, ਚੱਕਾ ਲੈ ਜਾਵਾਂਗੇ, ਉਹ ਕਰ ਦੇਵੇਂਗੇ, ਉਹ ਕਰ ਦੇਵੇਂਗੇ। ਜੇਕਰ ਲਾਂਬਾ ਲੈ ਕੇ ਗਈ ਜੀ ਕਹਿ ਰਹੇ ਤੁਸੀਂ ਕੁਛ ਨਹੀਂ ਮੇਰਾ ਵਿਗਾੜ ਸਕਦੇ ਹੈ, ਜਿੱਥਾ ਮਰਜ਼ੀ ਵਗ ਜਾਓ। ਬਹੁਤ ਕੁੱਟਿਆ ਜੀ ਘਰੇ ਆ ਕੇ, ਬਹੁਤ ਖਤਰਾ ਜੀ ਮੇਰੇ ਬੱਚਿਆਂ ਨੂੰ ਇਸ ਤੋਂ। ਖਾਦ ਦੇ ਸੰਬੰਧ ਦੇ ਵਿੱਚ ਹਜੇ ਉਹਦੀ ਪੜਤਾਲ ਚੱਲ ਰਹੀ ਹੈ। ਫਿਰ ਇਹ ਪਾਰਟੀ ਆਈ ਜੀ ਸਾਹਿਬ ਦੇ ਪੇਸ਼ ਹੋਈ ਸੀ। ਆਈ ਜੀ ਸਾਹਿਬ ਨੇ ਇਹ ਕਿਹਾ ਵੀ 2 ਦਿਨਾਂ 'ਚ ਇਹਦੀ ਜੋ ਵੀ ਕਾਰਵਾਈ ਬਣਦੀ ਆ ਰਿਪੋਰਟ ਬਣਾ ਕੇ ਭੇਜੋ, ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ।